हाँ जी दोस्तों, किदा हो सारे? आई होप सारे जने तुसी वधिया होंगे। तुसी वेख रहे हो धालीवाल गेमिंग ते मैं तुहाडा अपना धालीवाल। ते अज दी वीडियो बहुत ही खास होने वाली है सारे लई। ते आपां लैके आ रहे हां तुहाडे लई दो मूड। इक तां लिंक आपां तुहानूं जल्दी दे देंगे, दूसरा हजे जिहड़े बाई दा मॉडल सी उहनूं पुछना पैणा वी कितना कितना। देखो रीपर जरा पा साइड पर चेक कर सकते। तो हम आप चलते हैं अपने खेत अज उसे किसी नौकर की जरूरत होनी है। तो नाले अपने बढ़िया अज कणक तो तीन ट्रैक्टर अपने है उसे पहले ही। तो आप चलते हैं लैके उन्होंने कणक चेक कर दें किन्ना क अपना कम रह गया तो किन्ना क नहीं। सारे जाने लाइक शेयर तो चैनल में सब्सक्राइब भी नहीं करे हो। अपन ला दिए फिर साइड पे अपनी कट्टी तो बाहर ले जाता की गर्मी में जाके तो पंप पे ला देना साइड पे। इन्होंने अपनी हैगी है बढ़िया लॉस लाने में उठे। तो अब चलते हैं अपने खेत वालों तो कंबाइन अपनी खड़ी। तो दो ट्रैक्टर अपने भरे पे ने फुल फोर 3600 ते न्यू होलैंड 5630 ते अपन घर ने चलते ही छड़ रखे। तो ये अपना अर्जुन जेड़ा की बनाया भाई ਅਸਲ ਗੇਮਿੰਗ ਨੇ ਅਤੇ ਟਰੈਕਟਰ ਆਪਣੇ ਕੋਲ ਯਾਰ ਦੋ ਪਹਿਲਾਂ ਹੀ ਆ ਗਏ ਸੀ। ਟਾਈਮ ਹੀ ਲੱਗਿਆ ਬਸ ਆਪਾਂ ਨੂੰ ਇਹਨਾਂ ਦੀ ਟੈਸਟਿੰਗ ਕਰਨ ਦਾ। ਚਲੋ ਕੋਈ ਚੱਕਰ ਨਹੀਂ, ਚੰਗੀ ਟੈਸਟਿੰਗ ਆਪਾਂ ਅੱਜ ਕਰਾਂਗੇ। ਨਾਲੇ ਆਪਾਂ ਨੂੰ ਚੈੱਕ ਕਰਦੇ ਹਾਂ ਇਹਦੀ ਹੌਸ ਪਾਵਰ ਹੈ 90 ਦੀ, ਸਪੀਡ ਹੈ 55 ਦੀ। 4x4 ਲਾ ਲਈਏ ਪਹਿਲਾਂ। ਪਹਿਲਾਂ ਕੰਮ ਮਿਲਾ ਦਾਣੇ ਘੱਟ ਨਿਕਲਦੇ ਸੀ ਤੇ ਇਹਨਾਂ ਨੇ ਟੈਂਕਰ ਤੋਂ ਕਣੀ ਚਲਾਇਆ ਹੋਣਾ। ਟੈਂਕੀ ਇੱਕ ਪਾਈ ਮਿਲਾ ਦਿੰਦੇ ਨੇ ਅਤੇ ਕੰਬਾਇਨ ਆ ਵਿਸ਼ਾਲ ਵਾਲਿਆਂ ਦੀ ਅਤੇ ਜਿਹੜੀ ਬਣਾਈ ਹੈ ਕਣਕ ਗੇਮਿੰਗ ਨੇ ਤਿੰਨ ਲਾ ਵੀ। ਇੱਕ ਟੈਂਕੀ ਬਹੁਤ ਲਾਸਟ ਮੰਗਵਾਈ ਆ, ਥੋੜ੍ਹੀ ਬਹੁਤੀ ਹੋਰ ਅੱਗੇ ਤਾਂ ਨਾਲ ਹੀ ਮੰਡੀ ਆ ਜਾਂਦੀ ਹੈ ਟਰੈਕਟਰਾਂ ਦੀ। ਅਤੇ ਇੱਥੇ ਆਪਾਂ ਜਿਹੜੇ ਟਰੈਕਟਰ ਵਗੈਰਾ ਖਰੀਦਦੇ ਹਾਂ ਸਾਰੇ ਪੈਸਾ ਆਪਣੇ ਕੋਲ ਵਾਹਵਾ ਜੁੜ ਗਿਆ ਸੀ ਕਿਉਂਕਿ ਉਹਦੇ ਵਿੱਚ ਜਿਹੜੇ ਇੰਪਲੀਮੈਂਟ ਆਏ ਸੀ ਜਿੰਨੇ ਕੁ ਇੱਥੇ ਖੜ੍ਹੇ ਨੇ ਲਾ ਲਓ ਹਿਸਾਬ ਵੀ ਉਨੇ ਕੁ ਸੀ। ਠੀਕ ਹੈ, ਅਤੇ ਮੈਪ ਬਹੁਤ ਵਧੀਆ ਤੁਸੀਂ ਖੇਡੇ ਨਾਲ ਆਪਣੇ ਵਿਸ਼ਾਲ ਵਾਲਿਆਂ ਦੀ ਕੰਬਾਈਨ ਖੜ੍ਹੀ ਹੈ ਜਿਹੜਾ ਆਪਣਾ ਕਰਦਾ ਦਾ ਬਹੁਤ ਘੱਟ ਕਣਕ ਆਪਣੀ। ਇਹ ਆਪਾਂ ਕੱਲ੍ਹ ਵੀ ਲੈਤੀ ਹੈ ਹਜੇ ਆਪਾਂ ਮੋਹ ਦੇ ਲਾ ਕਿਲਾ ਵੱਢਦੀ ਹੈ। ਉਹ ਆਪਣੇ ਦੋਵੇਂ ਝੋਟੇ ਇੱਕ ਫੁੱਲ ਭਰ ਰੱਖਿਆ ਆਪਣਾ 5630 ਉਹਦੇ ਮਗਰ ਪਾਇਆ ਵੱਡਾ ਟਰਾਲਾ ਦੇ ਲਾਉਂਦੇ ਹਾਂ ਆਪਾਂ ਇੱਥੇ ਭਾਉਂਦੇ ਹਾਂ ਯਾਰ ਹੋਣੇ ਅਗਰ ਬਲਾ ਟਰਾਲੀ ਟਰਾਲੀ ਚੈੱਕ ਕਰੋ ਤੁਸੀਂ ਅਤੇ ਦੱਸੋ ਵੀ ਕਿੱਦਾਂ ਦੀ ਲੱਗੀ ਮੈਨੂੰ ਟਰਾਲੀ ਆਪਣੀ। ਇਹ ਜਿਹੜਾ ਕਿਸੇ ਸਾਈਡ ਦਾ ਭੇਜਿਆ ਆਪਣਾ ਨੀਚੇ ਵਾਲਾ ਬਾਈ ਸਿੰਘ ਬੋਏ ਨੇ ਅਤੇ ਦੂਜਾ ਆਪਾਂ ਆਪ ਬਣਾ ਕੇ ਲਾਇਆ ਸਾਰਾ। ਅਤੇ ਬੈਕਲ ਵਗੈਰਾ ਚੈੱਕ ਕੀਤੇ ਸਾਰਾ ਅਤੇ ਤੁਸੀਂ ਦੇਖ ਹੀ ਸਕਦੇ ਆਪਣਾ ਲੋਗੋ ਲੱਗਿਆ ਪਿੱਛੇ ਬਾਈ ਦਾ ਲੱਗਿਆ ਅਤੇ ਇਹਦਾ ਹਿੱਸਾ ਵੀ ਜਿਹੜਾ ਸੋਰੀ ਉੱਪਰਲਾ ਬੈੱਡ ਅਗਲਾਰਨਾ ਐਂਗਲ ਜੋ ਵੀ ਆਪਣੇ ਕਹਿੰਦੇ ਆ ਠੀਕ ਆ ਅਤੇ ਉਹਨੂੰ ਆਪਾਂ ਆਪਣੀ ਮਰਜ਼ੀ ਆਪਾਂ ਲਿਆਉਣਾ ਲਿਆ ਸਕਦੇ ਨਹੀਂ ਲਾਉਣਾ ਆਪਾਂ ਨਹੀਂ ਲਾ ਸਕਦੇ। ਅਤੇ ਕਰੋਮ ਵਾਲੇ ਪੁਆਏ ਨੇ ਆਪਾਂ ਇਹਦੇ ਰਿਮ ਇਹ ਆਪਣੀ ਦੂਜੀ ਟਰਾਲੀ ਹੈ ਜਿਹੜੀ ਆਪਾਂ ਬਣਾਈ ਹੈ ਅਤੇ ਅੱਗੇ ਕੋਟ ਦਾ ਲੱਗਿਆ ਮੈਂ ਲੋਗੋ ਅਤੇ ਬਾਬੇ ਜੀ ਰਹੇ ਮਿਹਰ ਆਪਣੇ 'ਤੇ ਅਤੇ ਇੱਦਾਂ ਹੀ ਆਪਾਂ ਸਾਰੇ ਫਿਰ ਬਣਾਉਂਦੇ ਰਹੀਏ। ਅਤੇ ਆ ਦੂਸਰੀ ਸਾਈਡ ਦਾ ਟਾਇਰ
ਤੇ ਹੁਣ ਆਪਾਂ ਪਹਿਲਾਂ ਦੇ ਦਾ 56-30 ਨੂੰ ਕੱਢ ਕੇ ਬਾਹਰ ਨੂੰ ਕੱਢਦੇ ਕੱਢਦੇ ਕੋਲ ਆਪਾਂ ਕੰਮ ਹੋਰ ਵੀ ਕਰ ਲਈਏ ਮਸ਼ੀਨ ਆਪਣੀ ਉਹ ਵੀ ਫੜ ਗਈ ਅੱਜ ਮਾੜਾ ਜਿਹਾ ਤੇਜ਼ ਡਰਾਈਵਰ ਉਹ ਵੀ ਯਾਰ ਪਾਉਣਾ ਮੂਡ ਮੈਂ ਦੇ ਮੇਰੇ ਕੋਲ ਹੈਗਾ ਸੀ ਪਹਿਲਾਂ ਤਾਂ ਮੈਂ ਕਲੀਅਰ ਕਰਤਾ ਸੀ ਯਾਰ ਕੰਬਾਈਨ ਦਾ ਕੰਮ ਹੋ ਗਿਆ ਖਤਮ ਅਤੇ ਇਹਨੂੰ ਆਪਾਂ ਪੰਪ 'ਤੇ ਲਾ ਦਿੰਦੇ ਹਾਂ ਇਸ ਤੋਂ ਬਾਅਦ ਇਹਨੂੰ ਜਦੋਂ ਆਪਾਂ ਬਾਹਰ ਚਲਾ ਜਾਵਾਂਗੇ ਢੋ ਪਾ ਕੇ ਲਾਵਾਂਗੇ ਇਹਨੂੰ ਆਪਾਂ ਅੰਦਰ ਕੁਵਾਰੇ ਕੰਮ ਆਪਣੇ ਕੋਲ ਹੋਊ ਅਤੇ ਇਹਦੇ ਵਿੱਚ ਆਪਾਂ ਇੱਕ ਦੋ ਚੇਂਜ ਕੀਤੇ ਜਿੱਦਾਂ ਕਿ ਸਾਨੂੰ ਆਪਾਂ ਦੱਸ ਦਿੰਦੇ ਹਾਂ ਇਹਦੀ ਆਪਾਂ ਜਿਹੜੀ ਇਹਦਾ ਟਰੈਕਟਰ ਹੈ ਅਤੇ ਉਹਦੀ ਵੀ ਆਪਾਂ ਸਪੀਡ ਇਹਦੀ ਵਧਾਈ ਹੈ ਅਤੇ ਇਹਦੀ ਹੌਸ ਪਾਵਰ ਵੀ ਆਪਾਂ ਵਧਾਈ ਅਤੇ ਟੈਂਕੀ ਦੀ ਕਪੈਸਿਟੀ ਵੀ ਆਪਾਂ ਵਧਾਈ ਪਹਿਲਾਂ ਘੱਟ ਸੀਗੀ ਯਾਰ ਕਿੱਥੇ ਨੂੰ ਕਿਰਾਇਆ ਆਉਣਾ ਚਲੋ ਜੀ ਆਪਾਂ ਚੱਲਦੇ ਹਾਂ ਆਪਣੇ 56-30 ਦੇ ਉੱਪਰ ਅਤੇ ਕੱਢਦੇ ਹਾਂ ਪਹਿਲਾਂ ਆਪਾਂ ਝੋਟੇ ਨੂੰ ਅਤੇ ਮੈਂ ਕਹਿੰਦਾ ਵੀ ਸਿੱਧਾ ਹੀ ਕੱਢ ਕੇ ਦੇਖੀਏ ਮੋੜਦੇ ਨਹੀਂ ਹੈਗੇ ਠੀਕ ਹੈ ਕਰਦੇ ਹਾਂ ਚੈੱਕ 4x4 ਪਤਾਇਆ ਕਿਹੜਾ ਤਾਂ ਪਹਿਲਾਂ ਬਣਦਾ ਕੀ ਹੈ ਅਤੇ ਟਰਾਲਾ ਪੂਰਾ ਫੁੱਲ ਭਰਿਆ ਵਾ 1.5 ਲੱਖ ਦੀ ਕੰਪੈਸਿਟੀ ਹੈ ਜੀ ਟਰਾਲੇ ਦੀ ਆਪਾਂ ਵੇਖ ਰਹੇ ਹਾਂ ਉਹ ਚੈੱਕ ਕਰੋ ਤੁਸੀਂ ਪੂਰਾ ਜਮਾਂ ਸਹੀ ਲੱਗਿਆ ਪਿਆ ਟਰਾਲੀ ਬਾੜ ਕੀਤੀ ਵੀ ਯਾਰ ਇਹ ਟਰਾਲੀ ਲੱਗ ਜਾਂਦੀ ਆਪਣੀ ਮੇਰੇ ਕਦੇ ਮਾੜੀ ਮੋਟੀ ਉਹ ਰੋਕ ਲਓ ਇੱਕ ਥੋੜ੍ਹੇ ਮੋਟੇ ਜੀ ਪਲਿਚ ਜੇ ਨਹੀਂ ਯਾਰ ਮੈਂ ਇਹ ਅਗਲਾ ਜਿਹਦਾ ਹੈਗਾ ਬਾਈ ਉਹ ਕਰ ਦੂੰਗਾ ਅਗਲੇ ਵਾਰ ਲੋਡ ਸ਼ਾਇਦ ਕਿਉਂਕਿ ਅੱਜ ਆਪਾਂ ਨੂੰ ਖੇਡਦੇ ਹਾਂ ਇਹ ਪਹਿਲੀ ਵਾਰ ਆਇਆ ਮੈਂ ਤਾਂ ਜੀ ਅਤੇ ਟ੍ਰੈਫਿਕ ਯਾਰ ਇਹਦੇ ਵਿੱਚ ਸਿਰੇ ਵਾਲਾ ਹੀ ਕੰਮ ਆ ਜਾਣਾ ਪੂਰੇ ਟਰੈਕਟਰ ਲੱਗੇ ਹੋਏ ਆ ਜਿਹਦੇ ਸਾਰੇ ਆਪਾਂ ਆਪਣੇ ਜਿਹੜੇ ਟਰੈਕਟਰ ਨੂੰ ਕੰਮ ਲੈਂਦੇ ਹਾਂ ਉਹ ਟਰੈਕਟਰ ਨੇ ਸਾਰੇ ਇਹਦੇ ਵਿੱਚ ਅਤੇ ਆਪਾਂ ਉਹਨਾਂ ਨੂੰ ਘਰੇ ਸਾਨੂੰ ਛੱਡ ਪਾਉਂਦੇ ਇੱਥੇ ਰੁਕ ਲੈਣ ਜਿਹੜਾ ਘਰੇ ਬਾਅਦ ਲੈ ਜਾਂ ਜਿਹੜਾ ਪੰਪ 'ਤੇ ਲਾ ਕੇ ਹੁਣ ਆਪਾਂ ਲੈ ਦੂਜਾ ਇੱਕ ਤਰ੍ਹਾਂ ਰੁਕਿਆ ਤੂੰ ਅਤੇ ਹੁਣ ਆਪਾਂ ਲੈ ਗਏ ਨਾ ਫੋਰਡ ਅਤੇ ਨਾਲ ਉਹਦੇ ਦੂਸਰਾ ਅਰਜਨ ਵੀ ਖੜਾ ਆਪਣਾ ਉੱਥੇ ਅਰਜਨ ਨੂੰ ਫੋਲੋ ਵੀ ਲਾ ਲੈਂਦੇ ਮੇਰੇ ਖਿਆਲ ਨਾਲ ਯਾਰ ਜੇ ਲਿਆਊਗਾ ਤਾਂ ਨਾ
ਓਕੇ ਚੈੱਕ ਕਰਦੇ ਹਾਂ ਆਪਾਂ, ਦੇਖਦੇ ਹਾਂ ਵੀ ਅਰਜਨ ਹੁੰਦਾ ਹੈ ਅਤੇ ਅਰਜਨ ਦੀ ਹੋਰਸ ਪਾਵਰ ਥੋੜ੍ਹੀ ਜਿਹੀ ਘੱਟ ਹੈ ਯਾਰ, ਕਰਿਆ ਫੁੱਲ ਖੜ੍ਹਾ ਉਹ ਜਾਂ ਫਿਰ ਟਰਾਲਿਆਂ ਦੀ ਕੰਪੈਸਿਟੀ ਜ਼ਿਆਦਾ ਹੁੰਦੀ ਹੈ। ਚੱਲੇ 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 ਲਾਉਂਦਾ ਜ਼ੋਰ, ਫਿਰ ਉਹ ਫੋਰ ਦੇ ਹੋਰ ਲਾ ਕੇ ਦੇਖਦੇ ਹਾਂ ਵੀ ਕੱਢਦਾ ਕਿ ਨਹੀਂ। ਲਾ ਵੀ ਜ਼ੋਰ, ਜ਼ੋਰ ਖੋਲ ਦਾ ਚੱਲ ਵੀ ਫਿਰ ਫੋਰ ਨਾ ਕਰਦਾ ਵਾ ਥੱਕੇ ਰਹੇ ਹਾਂ। ਦੇਖੋ ਦੇਖੋ ਟੈਸਟੀ ਜਾ ਰਹੀ ਹੈ ਅਤੇ ਵੀ ਤਕੜਾ ਰਿਹਾ ਖੋੜ ਜਾਵਾਂ। ਅਰਜਨ ਜੀ ਦੀ ਵੇਟ ਕਰ ਲਈਏ ਆਪਾਂ, ਆਪਾਂ ਨੂੰ ਲੈ ਕੇ ਚੱਲਦੇ ਹਾਂ ਘਰ। ਇਸ ਨੂੰ ਲੈਫਟ ਲੋਕਾਂ ਪੂਰੀ ਚਟਾ ਕੇ ਦਿਖਾਵਾਂਗੇ ਟਰਾਲੀਆਂ ਦੀ, ਵੀ ਇੱਦਾਂ ਬਹਿਣ ਜਾਣਾ ਇਹੋ ਜਿਹੀ ਹਾਂਜੀ ਟਰਾਲੀ ਚਲਾ ਤੀ ਅਤੇ ਕੰਮ ਵੀ ਕਰਨੇ ਨਹੀਂ ਜੀ। ਪਤਾ ਨਹੀਂ ਕੀ ਚੱਕਰ ਪੈ ਗਿਆ ਫੋਨ ਪਿੱਛੇ ਕਰੋ ਅਰਜਨ, ਦੇਖੋ ਪੂਰਾ ਜ਼ੋਰ ਲਈ ਚੱਲ ਆ ਵੀ ਮੈਨੂੰ ਇੱਦਾਂ ਜੀ ਆਪਾਂ ਚੱਲ ਗਏ ਇੱਥੋਂ ਫਿਰ ਇਹਨੇ ਆਉਣਾ ਨਹੀਂ ਅਰਜਨ ਨੂੰ। ਜ਼ੋਰ ਲੱਗਿਆ ਪਿਆ ਅਰਜਨ ਦਾ ਇਸ ਹਿਸਾਬ ਨਾਲ, ਇੱਥੇ ਦੇਖ ਖੋਲ ਗਈ ਹੈ ਜਦੋਂ ਦੇਖਦੇ ਨਾ ਆਪਾਂ ਪਤਾ ਲੱਗਦਾ ਤੋਰਨੇ ਆਉਂਦਾ। ਹੁਣ ਆਪਾਂ ਟਰਾਲੀ ਵੇਖਦੇ ਸਾਰੀ ਦੁਬਾਰੇ ਅਤੇ ਬਾਕੀ ਲਾਈਟਾਂ ਵਗੈਰਾ ਆਪਾਂ ਇੱਥੇ ਲਾਈਆਂ ਹੋਈਆਂ ਸਾਰੀਆਂ, ਉਹਨਾਂ ਤੁਸੀਂ ਦੇਖ ਲਿਓ ਠੀਕ ਹੈ। ਅਤੇ ਮਾੜੀ ਮੋਟੀ ਨਹੀਂ ਸੈਟਿੰਗ ਆਪਾਂ ਕਰ ਦਾਂਗੇ ਬਾਅਦ ਦੇ ਵਿੱਚ ਜਿੰਨੀ ਕੁ ਹੋਈ, ਕਿਉਂਕਿ ਇੱਕ ਵਾਰੀ ਦੋ ਵਾਰ ਚਲੋ ਦਿਖਾਉਣੀ ਸ਼ੁਰੂ ਸਾਰਿਆਂ ਨੂੰ ਠੀਕ ਹੈ। ਇੱਕ ਕਲਰ ਦੱਸੋ, ਬਾਕੀ ਮੈਨੂੰ ਤਾਂ ਬਹੁਤ ਔਸਮ ਲੱਗਦਾ ਯਾਰ। ਦੇਖੀ ਆਪਾਂ ਅਰਜਨ ਕਿੱਥੇ ਰਹਿ ਗਿਆ, ਦਵਾਈ ਜ਼ੋਰ ਅਰਜਨ ਦਾ ਬੜਾ ਮੋਟਾ ਹੋਇਆ। ਆ ਗਿਆ ਆ ਗਿਆ ਆ ਗਿਆ, ਬਸ ਲੋਸ ਪਹੁੰਚ ਗਿਆ। ਚਲੋ ਬੜਾ ਹੁਣ ਸਪੀਡ ਫੜੂ, ਇੱਧਰ ਦੇਖੋ ਜਾਓ ਨੀਚੇ ਲੱਗਿਆ ਪਿਆ ਸਪੰਜਾ ਤੇ। ਯਾਰ ਫੋੜ ਆਇਆ ਨੂੰ ਪਤਾ ਨਹੀਂ ਕੀ ਹੋਇਆ, ਕੰਮ ਹੋਇਆ ਫੋੜ ਹੋਏ ਆਪਾਂ ਨੂੰ ਵੀ ਕੰਮ ਕੀਤਾ। ਲੋ ਵੀ ਆ ਗਏ ਆਪਾਂ ਆਪਣੇ ਘਰ ਦੇ ਕੋਲ, ਅਤੇ ਹੁਣ ਆਪਾਂ ਕਰਦੇ ਸੀ ਟਰਾਲੀਆਂ ਅਨਲੋਡ, ਫਿਰ ਉਹ ਵੀ ਦਿਖਾ ਦਿੰਦੇ ਆਪਾਂ ਟਰਾਲੀਆਂ ਵੀ ਅਨਲੋਡ ਕਰਕੇ, ਕਿਤੇ ਟਰਾਲੀਆਂ ਬਣ ਤਾਂ ਜਾਂਦੀਆਂ ਫਿਰ ਉਹ ਅਨਲੋਡਿੰਗ ਦੇ ਵਿੱਚ ਪ੍ਰੋਬਲਮ ਦਿੰਦੀਆਂ ਨੇ, ਫਿਰ ਉਹ ਵੀ ਚਲੋ ਠੀਕ ਹੈ। ਤਾਂ ਉਹ ਯਾਰ ਇਹਨੂੰ ਹਟਾ ਦੇਣਾ ਬਾਈ ਯਾਰ ਕੁਛ,
ਆਟਾ ਵਾਲਾ ਦੂਰ ਲਾਉਣ ਲੱਗਾ ਲਗਾ ਜੋ ਦੇਖੋ ਪੂਰਾ ਜਮਾ ਓਏ ਹੋਏ ਯਾਰ ਸੈਟਿੰਗ ਨਹੀਂ ਬਹਿ ਰਹੀ ਯਾਰ ਟਰੈਕਟਰ ਦੀ ਮੇਰੀ ਆਪਣੇ ਮਕਾਨ ਚੋਂ ਕਿੰਨੇ ਬਾਅਦ ਵੇਟ ਲੱਗਿਆ ਤਾਂ ਵੀ ਦੇਖੋ ਫਿਰ ਮੁੜ ਗਿਆ ਉਹਨੇ ਯਾਰ ਬੜਾ ਔਖਾ ਕੀਤਾ ਹੋਰ ਲਾਉਣੀ ਪੈਣੀ ਫਿਰ ਆਪਾਂ ਇਹੀ ਕੰਮ ਚੱਲਦਾ ਰਹੂਗਾ ਹੁਣ ਹੁਣ ਨਹੀਂ ਹੋਣਾ ਇੱਥੇ ਠੀਕ ਲਓ ਵੀ ਬੈਠੀ ਲੈਫਟ ਕਰੋ ਫਿਰ ਤੁਸੀਂ ਚੈੱਕ ਪੰਪ ਪੁੰਪ ਪੂਰਾ ਫੁੱਲ ਕੰਮ ਕਰਦਾ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਹੈ ਨਾ ਇਹ ਨਹੀਂ ਕੰਮ ਕਰਦਾ ਉਹ ਨਹੀਂ ਕਰਦਾ ਇਹ ਲਾਈਏ ਬੈਠ ਕੇ ਸਾਈਡ 'ਤੇ ਕਢਾ ਦੇਣਾ ਹੁੰਦਾ ਕਹਿੰਦਾ ਖੋਲ ਆਪਣਾ ਥੋੜ੍ਹਾ ਟਰਾਲੀ ਕਰਾਂਗੇ ਆਪਾਂ ਖਾਲੀ ਅੱਜ ਨਾਲ ਤਾਂ ਪਕਾਵਾਂਗੇ ਬਾਅਦ 'ਚ ਪਾਉਂਦਾ ਭੰਗੜਾ ਖੋਲ ਬਾਕੀ ਬੋਰਡ ਜਾਣ ਜੂਣ ਪੂਰੀ ਹੋਈ ਹੈ ਕਹਿਣ ਨੂੰ ਕੀ ਜਾਣਾ ਪੂਰੀ ਜਮਾ ਟਿਪ ਟੋਪ ਜੀ ਬਣਾਈ ਦੀ ਠੀਕ ਹੈ ਜੀ ਇਹਦੇ ਵਿੱਚ ਕੋਈ ਇੱਦਾਂ ਨਾ ਹੋਈ ਜਾਂਦੀ ਆਹ ਵੀ ਕੰਮ ਨਹੀਂ ਕਰਦੀ ਉਹ ਨਹੀਂ ਕਰਦੀ ਕੰਮ ਸਾਰੀਆਂ ਚੀਜ਼ਾਂ ਕਰਦੀਆਂ ਇਹਨੂੰ ਕਰਾਂਗੇ ਆਪਾਂ ਬਾਅਦ 'ਚ ਕਿਸੇ ਨੂੰ ਆਪਾਂ ਲਾਸਟ ਇੱਕ ਚੀਜ਼ ਹੋਰ ਦਿਖਾ ਦਈਏ ਦੇਰ ਲੱਗਿਆ ਯਾਰ ਬੜਾ ਭਾਰਾ ਮੁਸਲ 4400 ਕਿਲੋ ਕੂੜਾ ਨਹੀਂ ਹੁੰਦਾ ਤੁਹਾਨੂੰ ਪਤਾ ਹੀ ਹੈ ਅਤੇ ਪਈ ਹੈ ਤਾਂ ਮੂਵਰ ਦੇ ਦਈਏ ਕਿ ਗੇੜਾ ਇਹਦਾ ਕਰੋ ਚੈੱਕ ਇਹ ਆਪਣਾ ਮੂਵਰ ਇਹ ਦੋ ਪ੍ਰਕਾਰ ਦੇ ਹੁੰਦੇ ਯਾਰ ਠੀਕ ਹੈ ਇੱਕ ਤਾਂ ਉਹਨਾਂ ਨੂੰ ਦੂਸਰਾ ਵੀ ਹੈਗਾ ਆਪਾਂ ਸਾਨੂੰ ਜਿਹਨੇ ਦੇਖਿਆ ਹੁਣ ਆਪਣੀ ਪਹਿਲਾਂ ਵੀਡੀਓ ਦੇ ਵਿੱਚ ਉਹ ਪਿੱਛੇ ਨੂੰ ਕੱਟ ਕਰਕੇ ਸਿੱਟਦਾ ਰਹਿੰਦਾ ਇਹ ਸਿੱਟਦਾ ਨਹੀਂ ਹੈਗਾ ਇਹ ਸਿਰਫ ਕੱਟਦਾ ਹੈਗਾ ਜਿੱਦਾਂ ਆਪਣੇ ਗਾਰਡਨ ਵਗੈਰਾ ਸਾਫ਼ ਕਰਨ ਵਾਲਾ ਹੁੰਦਾ ਉਹਨੂੰ ਉਲਟਾ ਬਣਾਇਆ ਹੋਇਆ ਆਪਣੀ ਕਰ ਸਕਦੇ ਸਰ ਇਹਦਾ ਲਿੰਕ ਵੀ ਆਪਾਂ ਤੁਹਾਨੂੰ ਦੇ ਦੇਵਾਂਗੇ ਜੇ ਕਿਸੇ ਨੂੰ ਚਾਹੀਦਾ ਹੋਇਆ ਤਾਂ ਕਮੈਂਟ ਕਰਕੇ ਦੱਸਿਓ ਅਤੇ ਅੱਜ ਦੀ ਵੀਡੀਓ 'ਚ ਇੰਨਾ ਹੀ ਧੰਨਵਾਦ ਸਾਰਿਆਂ ਦਾ ਲਾਈਕ ਸ਼ੇਅਰ ਸਬਸਕ੍ਰਾਈਬ ਯੂਟਿਊਬ ਚੈਨਲ ਨੂੰ